ਜਿਨੀ ਨਾਮ ਤਿਹਾਇਆ ਗਏ ਮਸ਼ਕਤ ਨਾਨਕ ਤੇ ਮੁਕਦਲੇ ਕੀਤੇ ਤੇ ਦਿੱਲੀ ਸਿੱਖ ਗੁਰਦੁਆਰਾ ਮੈਨੇਜਮੈਂਟ ਕਮੇਟੀ ਦਾ ਲੰਗਰ ਆ ਜੋ ਤੁਸੀਂ ਦੇਖ ਰਹੇ ਜੀ ਪਿਛਲੇ 27 ਤਰੀਕ ਤੋਂ ਨਿਰੰਤਰ ਇਸੇ ਤਰ੍ਹਾਂ ਇਹ ਲੰਗਰ ਚੱਲ ਰਿਹਾ ਅੱਜ ਇੱਕ ਮਹੀਨਾ ਅਤੇ ਤਕਰੀਬਨ 10-12 ਦਿਨ ਹੋਣ ਆਏ ਨੇ 10 ਦਿਨ ਹੋ ਗਏ ਨੇ ਔਰ ਇੱਥੇ ਜਿੱਥੇ ਲੰਗਰਾਂ ਦੇ ਇੰਤਜ਼ਾਮ ਆ ਤੁਸੀਂ ਸਾਹਮਣੇ ਦੇਖੋਗੇ ਇਹ ਸਾਰੀ ਰਿਹਾਇਸ਼ ਦਾ ਇੰਤਜ਼ਾਮ ਆ ਤਕਰੀਬਨ 1.25 ਏਕੜ ਦੇ ਅੰਦਰ ਬੀਬੀਆਂ ਦੇ ਰਹਿਣ ਦਾ ਵੱਖਰਾ ਇੰਤਜ਼ਾਮ ਆ ਆਹ ਤੁਸੀਂ ਦੇਖੋਗੇ ਇਹ ਮਾਤਾ ਗੁਜਰੀ ਜੀ ਆ ਆਰਾਮ ਘਰ ਬਣਾ ਰੱਖਿਆ ਇੱਧਰ ਸਾਡੇ ਕਿਸਾਨ ਵੀਰਾਂ ਵਾਸਤੇ ਇੱਧਰ ਮਾਤਾਵਾਂ ਭੈਣਾਂ ਵਾਸਤੇ ਸੋ ਇਹ ਅਲੱਗ ਤੋਂ ਇੰਤਜ਼ਾਮ ਕਰ ਰੱਖਿਆ ਲੰਗਰ ਪਾਣੀ ਦੇ ਇੰਤਜ਼ਾਮ ਇੱਥੇ ਨੇ ਇਹ ਚਾਰੇ ਬਾਰਡਰਾਂ ਦੇ ਉੱਤੇ ਹੀ ਇਸੇ ਤਰੀਕੇ ਲੰਗਰ ਚੱਲ ਰਹੇ ਨੇ ਚਾਹੇ ਟਿਕਰੀ ਹੋਵੇ ਚਾਹੇ ਕੁੰਡਲੀ ਹੋਵੇ ਚਾਹੇ ਗਾਜ਼ੀਪੁਰ ਹੋਵੇ ਚਾਹੇ ਪਲਵਲ ਹੋਵੇ ਹਰ ਤਰੀਕੇ ਦੇ ਨਾਲ ਅਸੀਂ ਆਪਣੇ ਸਿੱਖ ਭਰਾਵਾਂ ਦੇ ਨਾਲ ਆਪਣੇ ਕਿਸਾਨ ਭਰਾਵਾਂ ਦੇ ਨਾਲ ਖੜ੍ਹੇ ਹਾਂ ਦਿੱਲੀ ਸਿੱਖ ਗੁਰਦੁਆਰਾ ਮੈਨੇਜਮੈਂਟ ਕਮੇਟੀ ਇਹ ਫਕਰ ਮਹਿਸੂਸ ਕਰਦੀ ਆ ਕਿ ਸਾਨੂੰ ਇਹ ਸੇਵਾ ਕਰਨ ਦਾ ਮੌਕਾ ਮਿਲਿਆ ਹੈ ਔਰ ਇਹ ਡਟ ਕੇ ਅਸੀਂ ਆਪਣੇ ਭਰਾਵਾਂ ਨਾਲ ਲੜਾਈ ਲੜਾਂਗੇ ਜਦੋਂ ਤੱਕ ਇੱਥੇ ਬੈਠੇ ਨੇ ਅਸੀਂ ਇਹਦੇ ਨਾਲ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਆਪ ਜੀ ਦੇਖ ਰਹੇ ਹੋ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਜਦ ਤੋਂ ਕਿਸਾਨ ਵੀਰ ਪੰਜਾਬ ਤੋਂ ਹਰਿਆਣੇ ਤੋਂ ਜਾਂ ਅਲੱਗ ਅਲੱਗ ਸਟੇਟਾਂ ਤੋਂ ਆਏ ਨੇ ਆਪਣੇ 3 ਜੋ ਕਾਲੇ ਕਾਨੂੰਨ ਮੋਦੀ ਸਰਕਾਰ ਵੱਲੋਂ ਪਾਸ ਕੀਤੇ ਗਏ ਉਹਨਾਂ ਨੂੰ ਰੱਦ ਕਰਨ ਵਾਸਤੇ ਦਿੱਲੀ ਕਮੇਟੀ 27 ਨਵੰਬਰ ਤੋਂ ਲੈ ਕੇ ਹੁਣ ਤੱਕ ਲਗਾਤਾਰ ਤਕਰੀਬਨ 40ਵਾਂ ਦਿਨਾਂ ਚੱਲ ਰਿਹਾ ਹੈ ਲੰਗਰ ਜਿਸ ਵਿੱਚ ਕਿ ਦਾਲ ਪ੍ਰਸ਼ਾਦਾ ਖੀਰ ਔਰ ਹਰ ਤਰ੍ਹਾਂ ਸਬਜ਼ੀ ਉਸ ਤੋਂ ਇਲਾਵਾ ਚਾਹ ਰਸ ਬਿਸਕੁਟ ਹਰ ਤਰ੍ਹਾਂ ਦੀ ਸੇਵਾ ਕੀਤੀ ਜਾ ਰਹੀ ਹੈ ਅੱਜ ਸਪੈਸ਼ਲ ਤੌਰ 'ਤੇ ਜੋ ਕਿ ਆਪ ਦੇਖ ਰਹੇ ਹੋ ਕਿ ਮਾਲ ਪੂਰੇ ਦਾ ਲੰਗਰ ਜੋ ਕਿ ਸੰਗਤਾਂ ਦੇ ਵਾਸਤੇ ਤਿਆਰ ਕੀਤਾ ਗਿਆ ਹੈ ਮੇਰੀ ਕਮੇਟੀ ਦੀ ਇਹੀ ਇੱਛਾ ਰਹੀ ਹੈ ਕਿ ਜਿਹੜੇ ਵੀ ਕਿਸਾਨ ਵੀਰ ਆਪਣੀ ਸੰਗਤਾਂ ਵਾਸਤੇ ਅੱਖਾਂ ਵਾਸਤੇ ਇੱਥੇ ਵੱਧ ਨਹੀਂ ਵਿੱਚ ਬੈਠੇ ਹੋਏ ਨੇ ਉਹਨਾਂ ਸੇਵਾ ਕਰਨ ਵਾਸਤੇ ਤਤਪਰ ਰਹਿੰਦੀ ਹੈ ਅਤੇ ਮੈਂ ਆਪ ਜਨਮ ਦਾ ਧੰਨਵਾਦ ਕਰਦਾ ਕਿ ਆਪ ਜਿੱਥੇ ਇਹਨਾਂ ਕਿਸਾਨਾਂ ਦੀ ਕਿਉਂਕਿ ਅੱਜ ਕੱਲ੍ਹ ਤਾਂ ਮੀਡੀਆ ਜਿਹੜਾ ਉਹ ਗੁਲਾਮ ਹੋ ਚੁੱਕਾ ਹੈ ਔਰ ਪਰੰਤੂ ਆਪ ਜੀ ਇਹਨਾਂ ਨੂੰ ਕਵਰ ਕਰਨ ਵਾਸਤੇ ਮੈਂ ਉਹ ਧੰਨਵਾਦ ਕਰਦਾ ਔਰ ਉੱਥੇ ਹੀ ਮੈਂ ਆਪ ਜੀ ਚੈਨਲ ਰਾਹੀਂ ਸਭ ਕਿਸਾਨਾਂ ਨੂੰ ਸੁਨੇਹਾ ਦੇਣਾ ਚਾਹੁੰਦਾ ਹਾਂ ਕਿ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਹਮੇਸ਼ਾ ਤੁਹਾਡੇ ਨਾਲ ਖੜੀ ਹੈ ਜਦ ਤੱਕ ਇਹ ਕਾਨੂੰਨ ਰੱਦ ਨਹੀਂ ਹੋਣਗੇ ਤਦ ਤੱਕ ਸਾਡੇ ਲੰਗਰ ਲਗਾਤਾਰ 24 ਘੰਟੇ ਜਾਰੀ ਰਹਿਣਗੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਧੰਨ ਧੰਨ ਸ਼੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਗੁਰਦੁਆਰਾ ਸ੍ਰੀ ਗੁਰੂ ਸਾਹਿਬ ਸੱਚੇ ਪਾਤਸ਼ਾਹ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਲੰਗਰ ਦਾ ਅਰੇਂਜਮੈਂਟ ਔਰ ਬੱਸਾਂ ਦਾ ਅਰੇਂਜਮੈਂਟ ਔਰ ਰਹਿਣ ਦੇ ਜੋ ਵੀ ਰਹਿਣ ਬਸੇਰੇ ਨੇ 200 ਤੋਂ ਉੱਪਰ ਸੰਗਤਾਂ ਰਹਿਣ ਦਾ ਇੰਤਜ਼ਾਮ ਕੀਤਾ ਔਰ 25 ਬੱਸਾਂ ਰਹਿਣ ਬਸੇਰੇ ਵਿੱਚ ਉਹਦੀ ਵਿਦੇਸ਼ ਵਿੱਚ ਲਿਆ ਕੇ ਖੜੀਆਂ ਨੇ ਜਿਸ ਵਿੱਚ 10 ਬੰਦੇ ਇੱਕ ਬੱਸ ਦੇ ਸੌਣ ਦੀ ਵਿਵਸਥਾ ਕੀਤੀ ਗਈ ਹੈ ਗਰਮ ਪਾਣੀ ਉਹ ਹੀਟਰ ਜੋ ਵੀ ਸਭ ਕੋਈ ਏਸੀ ਲੱਗੇ ਨੇ ਹਰ ਚੀਜ਼ ਦੀ ਉਹਦੇ ਵਿੱਚ ਵਿਵਸਥਾ ਹੈਗੀ ਹੈ ਇਹ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਸਿਰਸਾ ਸਾਹਿਬ ਵੱਲੋਂ ਪੂਰੀ ਟੀਮ ਵੱਲੋਂ ਇਹ ਉਪਰਾਲਾ ਕੀਤਾ ਗਿਆ ਕਿਸੇ ਵੀ ਚੀਜ਼ ਦਾ ਕਿਸਾਨਾਂ ਨੂੰ ਕਿਸੇ ਵੀ ਚੀਜ਼ ਦੀ ਦਿੱਕਤ ਨਾ ਆਵੇ ਲੰਗਰ ਚਾਹ ਪ੍ਰਸ਼ਾਦਾ ਚਾਵਲ ਹਰ ਚੀਜ਼ ਦੀ ਵਿਵਸਥਾ ਕੀਤੀ ਜਾਂਦੀ ਹੈ ਸਾਰੀ ਸਾਖਤ ਸੰਗਤ ਵੱਲੋਂ ਔਰ ਕਮੇਟੀ ਵੱਲੋਂ
ਜੋ ਵੀ ਕੋਈ ਵੀਰ ਲਿਆ ਕੇ ਤਿਲ ਫੁੱਲ ਆਟਾ ਪ੍ਰਸ਼ਾਦ ਦਿੰਦਾ ਉਹ ਸਭ ਇੱਥੇ ਹੀ ਬਣਾਇਆ ਜਾਂਦਾ। ਮਸ਼ੀਨਾਂ ਲੱਗੀਆਂ ਨੇ, ਹਰ ਚੀਜ਼ ਲੱਗੀ ਹੈ, ਸਭ ਕੁਝ ਕੀਤਾ ਜਾਂਦਾ। ਔਰ ਸਾਡੇ ਲਾਂਗਰੀ ਔਰ ਸੇਵਾਦਾਰ ਹਰ ਬੰਦਾ ਇਹਦੇ ਨਾਲ ਜੁੜਿਆ। ਜੋ ਵੀ ਇਹ ਵਿਘਣ ਪਿਆ ਇਹ ਟਾਈਮ ਕਿਸਾਨਾਂ ਦੇ ਜੋ ਵੀ ਮੁੱਦੇ ਨੇ ਉਹ ਜਿੰਨਾ ਚਿਰ ਪਾਸ ਨਹੀਂ ਹੁੰਦੇ ਉਨ੍ਹਾਂ ਚਿਰ ਅਸੀਂ ਬੈਠ ਕੇ ਸਾਰੀ ਸੇਵਾ ਨਿਭਾ ਰਹੇ ਹਾਂ। ਕਿਸੇ ਵੀ ਚੀਜ਼ ਤੋਂ ਕੋਈ ਕਮੀ ਪੇਸ਼ੀ ਨਹੀਂ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਇਹਨਾਂ ਦੀ ਫ੍ਰੀ ਕਦੀ